ਗੁਰਾਇਆ ਵਿਖੇ ਹੋਏ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਤਾਰੋ ਪਤਨੀ ਰਾਮ ਸਿੰਘ ਵਾਸੀ ਬੱਗਾਪੁਰ ਥਾਣਾ ਫਿਲੌਰ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਔਰਤ ਗੁਰਾਇਆ ਬੱਸ ਅੱਡੇ 'ਚ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਬੱਸ ਚੜ੍ਹਨ ਲਈ ਜਦੋਂ ਬੱਸ ਵੱਲ ਨੂੰ ਭੱਜੀ ਤਾਂ ਫਿਲੌਰ ਵੱਲੋਂ ਆ ਰਿਹਾ ਟਰੱਕ, ਜੋ ਕਿ ਰੋੜਕਾ ਕਲਾਂ ਸਾਈਡ ਵੱਲ ਨੂੰ ਮੁੜਨ ਲੱਗਾ, ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸੰਬੰਧੀ SI ਥਾਣਾ ਗੁਰਾਇਆ ਜਗਦੀਸ਼ ਰਾਜ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਆਂਦੀ ਹੈ। ਅੱਜ ਸਵੇਰੇ ਇੱਥੇ ਆਪਣੇ ਗ੍ਰਾਮ ਬੱਸ ਸਟੈਂਡ ਦੇ ਵਿੱਚ ਇੱਕ ਟਰੱਕ ਸੀ PV08 EF 6246। ਇਹ ਆਪਣੇ ਇੱਧਰੋਂ ਫਲੋਰ ਸਾਈਡ ਤੋਂ ਆਇਆ ਅਤੇ ਰੁੜਕਿਆਂ ਨੂੰ ਮੁੜਨ ਲੱਗਾ ਅਤੇ ਅੱਗੇ ਇੱਕ ਲੇਡੀ ਸੀ, ਉਹ ਥੱਲੇ ਆ ਗਈ ਆ, ਜਿਹਦੀ ਮੌਤ ਹੋ ਗਈ ਆ, ਅਤੇ ਜੋ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਲੇਡੀ ਤਾਰੋ ਆ ਆਪਣੇ ਪਤਨੀ ਰਾਮ ਸਿੰਘ ਵਾਸੀ ਬੱਗਾਪੁਰ ਦੀ। ਟਰੱਕ ਡਰਾਈਵਰ ਆਪਣੇ ਜਿਹੜਾ ਆ ਉਹ ਆਪਣੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਤਾਂ ਟਰੱਕ ਲੈ ਲਿਆ ਕਾਬੂ।